हेलो गाइस, मैं तो देखती हेलो गाइस, वेलकम टू माय यूट्यूब चैनल। की हाल है सारे दा? गाइस कल रात तीना बुरा हाल सी ना सारे दा, इन्ना थके हुए सी, पता नहीं केड़े वेले सुते सी, सानू कुछ पता नहीं लग्या आपां केड़े वेले सो गए, ते मतलब बहुत बुरा हाल ही। आपां वीडियो भी एंड करना भुल गया सी मैं, ते गाइस अज भी वीडियो बनाने, अज भी ब्लॉग बनाएंगे आपां, गुड्डे गड्डे काफ़ी है, अज भी डावांगे ते वीडियो वधिया लगेगी। ते लाइक कमेंट जरूर करके दस्या करो, कमेंट ना थोड़ी अगर कोई गलती होए, कोई भी मिसटेक होए ते तुसीं दस्सोगे ते थोड़ा मैं अपना नूं वधिया तरीके नाल सही करांगा, नाल जिहड़ी गलती हुंदी अगर उन्नी उन्नी लाइन में तुम्हें मार करके दस दिया करो कि यह जगह पर गलती हुई है। बाकी तुम अज भी लोग आने, अज भी घंटे घंटे लोग आने। वैसे देख लो ये एज देखो, हले कि छोटा जहा है, तो इन क्रेज देखो कि गुड्डी का, अरे सारे हाथ कटोए दे, सारे चीरे लगे दे, तीन उंगलों बची दी, बाकी सारे चीरे लगे दे, तो हले मेरे बहुत घट लगे क्योंकि देखो बहुत ही घट लगे हुए मेरे, क्योंकि कल बहुत घट गुड्डी डाई आप, कल हाडा ज़्यादा खाण पीन ध्यान ही, अभी चीज़ा बना बना के खाई जा रही, कल मज़ा लिया पूरा। तो ये हाथ देखो तुम, हाले एज देख लो, अभी कि एज है तेरी? दस साल का देख लो, तो हाले ये हाथ देख लो, पूरी नहीं बची, खूनो खून हो गई नहीं। वैसे यार देखो आप गुड्डा लुटिया है, तो किन्ना ना किन्ना कुछ लिखा हुआ, मेरा नाम भी लिखा हुआ शिवाय, यह देखो गाइस सभी 1:30 बज गए हैं, तो वो बुला रहे हैं मुझे, काका जी को बाय करने का टाइम आ गया, काका जी बाय, ठीक है। गाइस अब इसको उड़ाते हैं, ये जो हमने काफ़ी देर से इसको उड़ाया नहीं, ये उड़ ही नहीं पा रहा था, कभी हवा नहीं चलती थी, कभी मन नहीं करता था, और अब मैं इनके पास भी आ गया हूँ, ये काफ़ी देर से बुला रहे थे, तो अभी नया गट्टू खोला हमने, ये देख सकते हैं आप, गाइस गुड्डियां डालनियां शुरू करती हूँ। देखो सारे देख सकते हो, कुछ भी है तो डीक दे, गाइस और ही गुड्डी, Yeah, I'm gonna go.
ਗਣਸ਼ੇਰ ਦੀ ਲਾਈਟ ਚੱਲ ਗਈ ਹੋਈ ਸੀ ਇਹ ਦੇਖ ਲਓ 4 ਵਜੇ ਹੁਣ ਲਾਈਟ ਆਈ ਹੈ ਇਹ ਦੇਖੋ ਹੋਇਆ ਕਿਹੜਾ ਓਏ ਗਾਈਸ ਕੁਛ ਖਾਣ ਦਾ ਦਿਲ ਕਰ ਰਿਹਾ ਹੁਣ ਆਪਾਂ ਬਣਾਉਂਦੇ ਹਾਂ ਕੁਛ ਇਹਨੂੰ ਵੀ ਡਾਲਦੇ ਹਾਂ ਥੋੜ੍ਹੀ ਦੇਰ ਤੱਕ ਆਖਿਰ ਯਹਾਂ ਪਰ ਕਬ ਤੱਕ ਰਹੇਗਾ ਥੋੜ੍ਹੀ ਦੇਰ ਮੈਂ ਇਸਕੋ ਉਡਾਤੇ ਹੈ ਉਹ ਕਿੱਧਰ ਹੈ ਟਰੇ ਘੰਟੇ ਵਿੱਚ ਹੀ ਪਾ ਰਿਹਾ ਹਾਂ ਪਾ ਦੇ ਪੂਰੀ ਟਰੇ ਲੈ ਆਏ ਥੇ ਔਰ ਅਬ ਇਤਨੇ ਹਮਨੇ ਇਤਨੇ ਖਾਏ ਹੈ ਇਹ ਦੇਖ ਲਓ ਔਰ ਵੀ ਕਾਫੀ ਚੀਜ਼ਾਂ ਦੀ ਚਿਕਨ ਵਗੈਰਾ ਕੀ ਵਜ੍ਹਾ ਸੇ ਹਮ ਇਸਕੋ ਪੂਰਾ ਨਹੀਂ ਖਾ ਪਾਏ ਅਬ ਇਸਕੋ ਆਜ ਪੂਰਾ ਖਤਮ ਕਰੇਂਗੇ ਗੱਟੂ ਆਪਣਾ ਆਮਲੇਟ ਕੀ ਤਿਆਰੀ ਹੋ ਰਹੀ ਹੈ ਇੰਨੀ ਆਵਾਜ਼ ਥੋੜ੍ਹੀ ਹੁੰਦੀ ਹੈ ਕੋਠੇ ਤੱਕ ਹੀ ਰਹਿੰਦੀ ਹੈ ਆਵਾਜ਼ ਇੰਨੀ ਨਹੀਂ ਸਾਡਾ ਆਪਾਂ ਗੱਲ ਕਰਾਉਂਦੇ ਖਾਤੇ ਇਸਕੋ ਥੈਂਕ ਯੂ ਕੌਣ ਸੇ ਕਾਮ ਕਰ ਰਿਹਾ ਹੈ ਯੇ ਬੰਦਾ ਹੈ ਸਮੇਂ
ਭਾਈ ਜੀ ਉਹਨੇ ਡੀਜ਼ਲ ਲੱਗਿਆ ਹੋਇਆ ਸੀ ਅਤੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਆਈ ਹੋਈ ਹੈ ਅਤੇ ਆਪਾਂ ਜਲਦੀ ਜਲਦੀ ਕਿਤੇ ਗਏ ਸੀ ਅਤੇ ਅਸੀਂ ਦੌੜ ਕੇ ਜਲਦੀ ਘਰ ਆਏ ਹਾਂ। ਪਤਾ ਨਹੀਂ ਕਿ ਇਹਨੇ ਕੰਪਲੇਂਟ ਕਰਤੀ ਹੋਈ ਆ ਲਾਗੋ ਛਾਗੋ, ਪਤਾ ਨਹੀਂ ਗਲੀ ਮਹੱਲੇ 'ਚੋਂ ਹੁਣ ਉਹਨਾਂ ਨੇ ਬੰਦ ਕਰਾਤਾ। ਅਤੇ ਗਾਈਜ਼ ਇਸ ਤੋਂ ਬਾਅਦ ਸਾਹਿਲ ਨੇ ਕੱਪੜੇ ਲੈਣੇ ਸੀ ਅਤੇ ਅਸੀਂ ਪੁੱਜ ਗਏ ਨੰਨੇ ਭਾਈ ਦੀ ਦੁਕਾਨ 'ਤੇ, ਨੰਨਾ ਫੈਸ਼ਨ ਹੱਟ, ਅਤੇ ਅਸੀਂ ਉੱਥੋਂ ਲਏ ਕੱਪੜੇ, ਸਾਹਿਲ ਨੇ ਲਏ ਕੱਪੜੇ ਅਤੇ ਉਸ ਤੋਂ ਬਾਅਦ ਪੇਮੈਂਟ ਕੀਤੀ। ਸਾਰਾ ਕੰਪਲੀਟ ਕਰਕੇ ਅਤੇ ਆਪਾਂ ਨਿਕਲ ਗਏ ਕੁਛ ਖਾਣ ਪੀਣ। ਗਾਈਜ਼ ਸਾਹਿਬ ਬੰਦਿਆਂ ਨੂੰ 15 ਮਿੰਟ ਹੋ ਗਏ ਅਤੇ ਆਪਾਂ ਪਠਾਨਕੋਟ ਸ਼ਹਿਰ ਕਰੋਸ ਕਰ ਲੈਣਾ, ਡਿਸਾਈਡ ਕਰਨ ਦੇ ਚੱਕਰਾਂ ਜੀ, ਦੇਖ ਲਓ ਜੀ। ਬੜਾ ਸੋਚਣ ਤੋਂ ਬਾਅਦ ਡਿਸਾਈਡ ਹੋਇਆ। ਇਸ ਤੋਂ ਬਾਅਦ ਆਪਾਂ ਆ ਗਏ ਲੱਕੀ ਵੈੱਜ ਸੋਇਆ ਚਾਪ 'ਤੇ ਅਤੇ ਇੱਥੇ ਆ ਕੇ ਆਪਾਂ ਮੰਗਾਈ ਇੱਕ ਤਵਾ ਚਾਪ ਅਤੇ ਇੱਕ ਮਲਾਈ ਚਾਪ ਨਾਲ ਬਟਰ ਨਾਨ ਅਤੇ ਖਾ ਕੇ ਇਸ ਤੋਂ ਬਾਅਦ ਆਪਾਂ ਨਿਕਲੇ। ਥੋੜ੍ਹਾ ਫਰੂਟ ਲੈਣਾ ਸੀ ਘਰ ਲਈ, ਉਹ ਲਿਆ ਅਤੇ ਥੋੜ੍ਹਾ ਮਜ਼ਾਕ ਕੀਤਾ ਫਰੂਟ ਵਾਲੇ ਨਾਲ। ਮੈਂ ਔਰ ਸਾਹਿਲ ਕੁਛ ਔਰ ਯਹਾਂ ਪਤਾ ਚਲਤਾ ਹੈ ਕਿ ਜੋ ਯਹਾਂ ਕੇ ਓਨਰ ਹੈ ਉਹ ਆਪਣੇ ਕੁਛ ਕੇ ਫਰੈਂਡ ਹੈ। ਗਾਈਜ਼ ਆਪਾਂ ਦੋਵੇਂ ਵੇਟ ਕਰ ਰਹੇ ਹਾਂ, ਮੈਂ ਅਤੇ ਸਾਹਿਲ, ਅਤੇ ਕੁਛ ਅੰਦਰ ਚੱਲ ਗਏ ਨੇ ਔਰ ਯਹਾਂ ਅੰਦਰ ਭਾਈ ਦੇ ਨਾਲ ਬਣਾਉਂਦੇ ਹਾਂ ਤਾਂ ਆਪਾਂ ਵੇਟ ਕਰ ਰਹੇ ਹਾਂ। ਜਗ੍ਹਾ ਬਾਕੀ ਬਹੁਤ ਘੈਂਟ ਹੈ। ਠੀਕ ਹੈ ਗਾਈਜ਼, ਬਾਏ ਬੋਲਣ ਦਾ ਟਾਈਮ ਆ ਗਿਆ। ਚੱਲ ਠੀਕ ਹੈ, ਮੇਰਾ ਭਰਾ ਸਵੇਰੇ ਮਿਲਦੇ ਆ। ਚੱਲ ਠੀਕ ਹੈ, ਬਿਜ਼ੀ ਹੁੰਦਾ 17,000 ਕਰੋੜ ਦੀ ਗੱਡੀ ਚੋਰੀ ਕਰਨ ਦੀ ਵੀਡੀਓ ਦੇਖ ਕੇ ਕਿੱਦਾਂ।